ਤੁਸੀਂ ਤੇ ਮੈਂ ਜੱਸੀ ਬੜਾਇਚ ਦੋਸਤੋ ਬਹੁਤ ਖਾਸ ਮੁਲਾਕਾਤ ਤੁਹਾਡੇ ਨਾਲ ਲੈ ਕੇ ਆਏ ਅੱਜ ਸਾਡੇ ਨਾਲ ਬਹੁਤ ਹੀ ਯੰਗ ਟੈਲੈਂਟ ਸਾਡਾ ਭਰਾ ਬਾਈ ਰੈਵਲ ਬਹੁਤ ਕਮਾਲ ਦਾ 뮤직 ਕਰਦੇ ਆ ਬਹੁਤ ਕਮਾਲ ਦੀ ਖੁਦ ਦੀ ਵੋਕਲ ਆ ਤੇ ਵੱਡੀ ਗੱਲ ਆ ਕਿ ਬਾਈ ਬਹੁਤ ਛੋਟੀ ਉਮਰ ਦੇ ਵਿੱਚ ਹਨਾ ਕਹਿ ਸਕਦੇ ਇੱਕ ਵੱਡਾ ਨਾਮ ਕਮਾਇਆ ਸੋ ਬਾਈ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਕਿੱਦਾਂ ਬਾਈ ਠੀਕ ਠਾਕ ਹੋ ਜੀ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਕਮਾਲ ਆ ਵੀਰੇ ਨਾ ਮੈਂ ਤੁਹਾਡਾ ਨਾਮ ਰੈਵਲ ਕ੍ਰਾਂਤੀਕਾਰੀ ਹਨਾ ਹਾਂਜੀ ਤੇ ਵੀਰੇ ਸਾਹਿਲ ਤੋਂ ਹਨਾ ਰੈਵਲ ਕਿੱਦਾਂ ਜਹਾਂ ਚ ਆਇਆ ਵੀ ਨਾਂ ਚੇਂਜ ਕਰ ਲਈ ਬਸ ਭਾਜੀ ਉਦਾਂ ਹੀ ਜਦੋਂ 뮤직 ਪ੍ਰੋਡਕਸ਼ਨ ਦਾ ਸਫ਼ਰ ਸ਼ੁਰੂ ਕੀਤਾ ਤੇ ਉਸ ਦੇ ਵਿੱਚ ਜਦੋਂ ਮੈਂ ਗਾਣੇ ਕਰਦਾ ਸੀ ਕਲਾਇੰਟਸ ਵੀ ਕਰਦਾ ਸੀ ਆਪਣੇ ਵੀ ਕਰਦਾ ਸੀਗਾ ਤੇ ਫਰੈਂਡ ਸਰਕਲ ਸਾਰੇ ਮੈਨੂੰ ਸੁਜੈਸਟ ਕਰਦੇ ਸੀ ਕਿ ਕੁਛ ਆਪਣਾ ਯੂਨੀਕ ਨੇਮ ਵੀ ਇੱਕ ਜ਼ਰੂਰੀ ਹੈ ਇੰਡਸਟਰੀ ਦੇ ਵਿੱਚ ਕਿਉਂਕਿ ਅੱਜ ਦੇ ਟਾਈਮ ਨਾ ਜੋ ਵੀ 뮤직 ਪ੍ਰੋਡਿਊਸਰ ਹੈ ਅੱਜ ਦਾ ਟਾਈਮ ਉਹ ਨਹੀਂ ਰਿਹਾ ਕਿ ਇਕੱਲਾ ਜਸਟ ਇੱਕ ਸਿੰਗਰ ਹਾਈਲਾਈਟ ਹੁੰਦਾ ਅੱਜ ਦੇ ਟਾਈਮ 'ਚ ਇੱਕ ਪੂਰੀ ਟੀਮ ਹਾਈਲਾਈਟ ਹੁੰਦੀ ਹੈ ਨਾ ਤੇ ਉਹਦੇ ਵਿੱਚ ਫਿਰ ਆਪਣਾ ਇੱਕ ਨਾਮ ਜੋ ਹੁੰਦਾ ਉਹ ਆਪਣੀ ਪਹਿਚਾਣ ਦਿੰਦਾ ਤੇ ਯੂਜੁਅਲ ਨਾਲੋਂ ਕੁਛ ਯੂਨੀਕ ਰੱਖਣਾ ਸੀਗਾ ਤੇ ਉਹ ਮੇਰੇ ਮਾਈਂਡ 'ਚ ਕੁਛ ਦੋ ਤਿੰਨ ਵਰਡਸ ਆਏ ਸੀਗੇ ਲਾਈਕ ਸਭ ਤੋਂ ਪਹਿਲਾਂ ਮੇਰੇ ਮਾਈਂਡ 'ਚ ਆਇਆ ਸੀ ਗੋਡਸ ਚਾਈਲਡ ਪਰਮਾਤਮਾ ਦਾ ਬੱਚਾ ਕੀ ਬਾਤ ਹੈ ਤੇ ਦੂਸਰਾ ਫਿਰ ਮੈਨੂੰ ਰੈਬਲ ਮੇਰੇ ਧਿਆਨ 'ਚ ਆਇਆ ਸੀਗਾ ਤੇ ਮੈਂ ਇੱਕ ਦੋ ਸੁਜੈਸ਼ਨਸ ਲਈਆਂ ਫਰੈਂਡਸ ਤੋਂ ਕਰਦਿਆਂ ਤੋਂ ਤੇ ਐਟ ਲਾਸਟ ਮੈਨੂੰ ਰੈਬਲ ਸੂਟ ਕੀਤਾ ਕਹਿੰਦੇ ਬਹੁਤ ਕਿਊਟ ਕਾ ਤੇਰੇ ਮੂੰਹ ਤੇ ਸੂਟ ਕਰਦਾ ਵੀਕੈਂਡ ਆ ਵੀਰੇ ਹਾਂ ਵੀਕੈਂਡ ਲੱਗਦਾ ਹਾਂ ਗੋਡ ਸੇਲ ਵੀਕੈਂਡ ਸੀ ਉਹ ਵੀ ਕੋਈ ਰੱਖ ਸਕਦਾ ਕਿ ਮੈਂ ਉਹਨੂੰ ਸੁਜੈਸਟ ਕਰ ਦੋ ਪੇਮੈਂਟ ਮੇਰਾ ਕਾਪੀਰਾਈਟ ਆ ਅੱਛਾ ਫਿਰ ਨਾ ਭਈਏ ਕੰਮ ਕਰਿਓ ਸੋ ਵੀਰੇ ਮੈਂ ਨਾ ਤੁਹਾਡੀ ਬੜੀ ਯੰਗ ਹੋ ਬੜੀ ਛੋਟੀ ਏਜ ਆ ਤੇ ਤੁਸੀਂ ਕਹਿੰਦੇ ਕਿ 10 12 ਸਾਲ ਤੋਂ ਤੁਸੀਂ ਇਹ ਨਾ ਸ਼ੁਰੂਆਤ ਕਰਤੀ ਸੀ 뮤직 ਮੈਨੂੰ ਹਾਂ 12 ਸਾਲ ਹੋ ਗਏ ਵੀਰੇ 뮤직 ਚ ਇਨਵੋਲਵ ਹੋਏ ਨੂੰ ਤੇ ਮਤਲਬ ਉਦੋਂ ਕਿੰਨੀ ਏਜ ਸੀਗੀ ਜਾਂ ਕਿਵੇਂ ਇੰਨੀ ਛੋਟੀ ਉਮਰ ਚ ਤੁਹਾਨੂੰ ਕੀ ਲੱਗਿਆ ਵੀ 뮤직 ਡਾਇਰੈਕਟਰ ਬਣਨਾ ਐਕਚੁਅਲੀ ਵੀਰੇ ਮੇਰਾ ਸਫ਼ਰ ਸਿੰਗਿੰਗ ਤੋਂ ਸ਼ੁਰੂ ਹੋਇਆ ਅੱਛਾ ਹਾਂ ਸਿੰਗਿੰਗ ਮਿਊਜ਼ਿਕ ਨੂੰ ਵੀਰੇ ਮੈਂ ਬਚਪਨ ਤੋਂ ਹੀ ਜੀਆ ਮਤਲਬ ਉਸ ਚੀਜ਼ ਨੂੰ ਮੈਂ ਅੰਦਰ ਧਾਰਿਆ ਮੈਂ ਜਸਟ ਆਪਦੇ ਉਹਨੂੰ ਸੀਮਿਤ ਨਹੀਂ ਕਰਿਆ ਕਿ ਮੈਂ ਜਸਟ ਮਿਊਜ਼ਿਕ ਪ੍ਰੋਡਕਸ਼ਨ ਕਰਨੀ ਹੈ ਜਾਂ ਜਸਟ ਸਿੰਗਿੰਗ ਕਰਨੀ ਹੈ ਨਾ ਜਾਂ ਮੈਂ ਜਸਟ ਇੰਸਟਰੂਮੈਂਟ ਕਰਨਾ ਗੱਲ ਸ਼ੁਰੂ ਹੋਈ ਸੀਗੀ ਪਲੱਸ ਵਨ ਤੋਂ ਜਦੋਂ ਮੈਂ ਆਪਣਾ ਸਕੂਲ ਚੇਂਜ ਕਰਿਆ ਸੀਗਾ ਨਵੇਂ ਫਰੈਸ਼ ਸਕੂਲ 'ਚ ਗਏ ਸੀਗੇ ਉੱਥੇ ਜਿਵੇਂ ਐਨੂਅਲ ਫੰਕਸ਼ਨਸ ਹੁੰਦੇ ਆਪਣੇ ਨਾ ਅਤੇ ਵੀਕਐਂਡ 'ਤੇ ਕੁਛ ਛੋਟੀ ਮੋਟੀ ਐਕਟੀਵਿਟੀਜ਼ ਹੁੰਦੀ ਹੈ ਅਤੇ ਮੇਰੇ ਫਰੈਂਡ ਨੂੰ ਪਤਾ ਸੀਗਾ ਕਿ ਮੈਂ ਗਾਉਂਦਾ ਬਟ ਮੈਂ ਕਦੇ ਸਟੇਜ 'ਤੇ ਪਰਫੋਰਮ ਨਹੀਂ ਕਰਿਆ ਸੀ ਉਦੋਂ ਪਹਿਲਾਂ ਅੱਛਾ ਇਦੋਂ ਪਹਿਲਾਂ ਪਲੱਸ ਵਨ ਪਹਿਲਾਂ ਕਦੇ ਸਕੂਲਿੰਗ ਸਕੂਲ 'ਚ ਮੈਂ ਉੱਦਾਂ ਨਹੀਂ ਕਰਿਆ ਸੀ ਲੋਅਰ ਸਕੂਲ 'ਚ ਅਤੇ ਮੇਰੇ ਫਰੈਂਡ ਨੇ ਮੈਨੂੰ ਪੁਸ਼ ਕਰਿਆ ਕਿ ਅੱਜ ਤੈਨੂੰ ਗਾਣਾ ਚਾਹੀਦਾ ਅੱਜ ਮੌਕਾ ਅਤੇ ਵੀ ਹੁਣ ਆਪਾਂ ਐਕਸਪਲੋਰ ਕਰੀਏ ਇਸ ਚੀਜ਼ ਨੂੰ ਤਾਂ ਉੱਥੇ ਮੈਂ ਭਾਜੀ ਗਾਇਆ ਮੈਂ ਗਾਣਾ ਗਾਇਆ ਯਾਦ ਪਹਿਲਾਂ ਗੀਤ ਕਿਹੜਾ ਗਾਇਆ ਸੀਗਾ ਹਾਂਜੀ ਹਾਂਜੀ ਬਿਲਕੁਲ ਤੇ ਮੈਂ ਐਕਚੁਅਲੀ ਵੈਸਟਰਨ 뮤직 ਤੋਂ ਸਟਾਰਟ ਕਰਿਆ ਸੀਗਾ ਅੱਛਾ ਇੰਗਲਿਸ਼ 뮤직 ਤੋਂ ਸਾਰਾ ਓਕੇ ਤੇ ਪਹਿਲਾਂ ਤਾਂ ਮੈਂ ਕੰਪਲੀਟਲੀ ਹੀ ਵੈਸਟਰਨ ਹੀ ਗਾਉਂਦਾ ਸੀ ਵੈਸਟਰਨ ਹੀ ਸੁਣਦਾ ਸੀਗਾ ਉੱਥੇ ਮੈਂ ਸਟਾਰਟ ਕਰਿਆ ਗਾਣਾ ਤੇ ਮੇਰੇ ਟੀਚਰਸ ਨੂੰ ਮੇਰੇ ਸਕੂਲ ਦੇ ਸਟਾਫ ਨੂੰ ਸਾਰਿਆਂ ਨੂੰ ਅੱਛਾ ਲੱਗਿਆ ਤੇ ਉਹ ਫਿਰ ਉਹ ਮਤਲਬ ਹਰ ਵੀਕਐਂਡ ਤੇ ਹੁੰਦਾ ਰਿਹਾ ਫਿਰ ਇੱਕ ਦਿਨ ਫਾਈਨਲੀ ਐਨੂਅਲ ਡੇ ਆਇਆ ਤੇ ਉੱਥੇ ਉਹਨਾਂ ਨੇ ਫਿਰ ਮੈਨੂੰ ਸਪੈਸ਼ਲੀ ਇੱਕ ਮੈਨੂੰ ਗਾਉਣ ਦਾ ਮੌਕਾ ਦਿੱਤਾ ਵੱਡੀ ਸਟੇਜ 'ਤੇ ਤੇ ਉਹ ਇੱਕ ਮੇਰੀ ਫੁੱਲ ਟੂ ਪਰਫੋਰਮੈਂਸ ਸੀ ਉੱਥੇ ਉੱਥੇ ਜਾ ਕੇ ਮੈਨੂੰ ਇਹ ਚੀਜ਼ ਬੜੀ ਹਿੱਟ ਕਰੀ ਬਹੁਤ ਅੱਛਾ ਰਿਸਪੌਂਸ ਆਇਆ ਪਰਮਾਤਮਾ ਦੀ ਮੇਰਾ ਚਲੋ ਮੇਰੀ ਅੱਛਾ ਨਿਭ ਗਿਆ ਮੇਰੇ ਤੋਂ ਇੰਨੇ ਜਗ੍ਹਾ ਮੈਂ ਸ਼ੁਰੂਆਤ ਦੀ ਗੱਲ ਕਰਾਂ ਤਾਂ ਕਿਹੜਾ ਗੀਤ ਸੀ ਜਿਹੜਾ ਪਹਿਲਾਂ ਗਾਇਆ ਸੀ ਤੁਸੀਂ ਮੈਂ ਵੀਡੀਓ ਗਾਇਆ ਸੀ ਭਾਜੀ ਅੱਛਾ ਹਾਂ ਕ੍ਰਿਸ ਬ੍ਰਾਊਨ ਦਾ ਗਾਣਾ ਸੀ ਮੇਰਾ ਬਹੁਤ ਫੇਵਰਿਟ ਸੀ ਬਚਪਨ ਤੋਂ ਹਾਂ ਕ੍ਰਿਸ ਬ੍ਰਾਊਨ ਇੱਕ ਵੈਸਟਰਨ ਆਰਟਿਸਟ ਆ ਵੈਸਟਰਨ ਅਮਰੀਕਨ ਆਰਟਿਸਟ ਆ ਤੇ ਤੁਹਾਡਾ ਸਟਾਈਲ ਵੀ ਫਿਰ ਉਦਾਂ ਦੀ ਰਹਿਣਾ ਹੋਣਾ ਕੁਝ ਨਾ ਜਿੱਦਾਂ ਤੁਸੀਂ ਵੈਸਟਰਨ ਸੁਣਿਆ ਜਾਂ ਉਹ ਟੱਚ ਸੁਣਿਆ ਹਾਂਜੀ 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 ਤੇ ਅੱਜ ਦੇ ਟਾਈਮ ਦੇ ਵਿੱਚ ਜੇ ਗੱਲ ਕਰਾਂ ਤਾਂ ਕਿਹਨਾਂ ਨੂੰ ਤੁਸੀਂ ਲੱਗਦਾ ਵੀ ਉਹਨਾਂ ਦੇ ਵਰਗਾ ਕੰਮ ਕਰਨਾ ਵੈਸੇ ਕਾਪੀ ਹਰ ਬੰਦੇ ਦਾ ਆਪਣਾ ਸਟਾਈਲ ਹੁੰਦਾ ਨਾ ਪਰ ਇੱਕ ਜਹਿਨ 'ਚ ਆਪਣੀ ਚੀਜ਼ ਹੁੰਦੀ ਹੈ ਉਹ ਮੁਕਾਮ ਹਾਸਲ ਕਰਨਾ ਉਹਨਾਂ ਨੂੰ ਕਾਪੀ ਕਰਨਾ ਜਾਂ ਉਹਨਾਂ ਦੇ ਵਰਗਾ ਕੰਮ ਕਰਨਾ ਜੀ 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 ਮੈਂ ਸਮਝਦਾ ਐਕਚੁਅਲੀ ਭਾਜੀ ਹਾਂ ਬਚਪਨ ਤੋਂ ਆਪਾਂ ਇਹ ਚੀਜ਼ ਸੋਚਦੇ ਹਾਂ ਨਾ ਕਿਸੇ ਵੀ ਵੱਡੇ ਨੂੰ ਆਪਾਂ ਵੱਡੇ ਨੂੰ ਜ਼ਰੂਰ ਹਾਂ ਕੋਈ ਨਾ ਜਹਿਨ ਚ ਆਪਾਂ ਆਈਡਲ ਮੰਨਦੇ ਹਾਂ ਨਾ ਕਿ ਆਪਾਂ ਉਸ ਲੈਵਲ ਤੇ ਜਾਣਾ ਤੇ ਮੈਂ ਬਚਪਨ ਤੋਂ ਲੈ ਕੇ ਜਸਟਿਨ ਬੀਬਰ ਐਂਡ ਕ੍ਰਿਸ ਬ੍ਰਾਊਨ ਬਹੁਤ ਐਡਮਾਇਰ ਕਰਿਆ ਤੇ ਉਹਨਾਂ ਨੂੰ ਮੈਂ ਬਹੁਤ ਫੋਲੋ ਅਪ ਕਰਿਆ ਜਸਟ ਇਹ ਨਹੀਂ ਹੈ ਕਿ ਹੁਣ ਮੇਰੇ ਅੰਦਰ ਕੇ ਲਈ ਉਹ ਚੀਜ਼ਾਂ ਹੋਰ ਬਹੁਤ ਚੀਜ਼ਾਂ ਮੈਂ ਐਕਸਪਲੋਰ ਕਰ ਰਹੀਆਂ ਬਾਲੀਵੁੱਡ ਬਹੁਤ ਐਕਸਪਲੋਰ ਕਰ ਰਿਹਾ ਮੈਂ ਪੰਜਾਬੀ ਬਹੁਤ ਐਕਸਪਲੋਰ ਕਰ ਰਿਹਾ ਹਰ ਜੈਨਰ ਦੇ ਵਿੱਚ ਜਦੋਂ ਮੈਂ ਮਿਊਜ਼ਿਕ ਪ੍ਰੋਡਕਸ਼ਨ ਦੇ ਵਿੱਚ ਆ ਗਿਆ ਟੋਟਲੀ ਫਿਰ ਉਦੋਂ ਬਾਅਦ ਮੈਂ ਆਪਣੇ ਆਪ ਨੂੰ ਸੀਮਿਤ ਨਹੀਂ ਕਰਿਆ ਮੈਂ ਸਾਰੇ ਕਰ ਰਿਹਾ ਹਾਂ ਬਟ ਇੱਕ ਜੋ ਆਪਾਂ ਕਹਿੰਦੇ ਇੱਕ ਰੀਚ ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਇੱਕ ਇੰਟਰਨੈਸ਼ਨਲ ਰੀਚ ਤੇ ਮੈਂ ਆਪਣੇ ਆਪ ਨੂੰ ਦੇਖਦਾ ਤੇ ਪਰਮਾਤਮਾ ਨੇ ਚਾਹੇ ਤਾਂ ਡੈਫੀਨੇਟਲੀ ਪਹੁੰਚਾਂਗੇ ਕਿਆ ਬਾਤ ਹੈ ਵੀਰੇ ਸੋ ਵੀਰੇ ਅੱਜ ਦੀ ਦੌਰ ਦੀ ਗੱਲ ਕਰ ਲਈ ਤਾਂ ਮੈਨੂੰ ਲੱਗਦਾ ਕਿ ਬਹੁਤ ਹਿੱਟ ਮਿਊਜ਼ਿਕ ਡਾਇਰੈਕਟਰ ਤੁਹਾਡੇ ਹੈਗੇ ਆ ਜਿਹਨਾਂ ਤੋਂ ਚਰਨਦੇ ਨਾਂ ਦੀ ਗੱਲ ਕਰੀ ਤਾਂ ਬੀਪ ਰੈਕ ਨਾਂ ਇੱਦਾਂ ਦਾ ਜਿਨ੍ਹਾਂ ਨੇ ਪੰਜਾਬੀਅਤ ਤੋਂ ਸ਼ੁਰੂਆਤ ਕਰਕੇ ਨਾ ਬਾਲੀਵੁੱਡ ਦਾ ਨਾਂ ਚੱਲਦਾ ਬਹੁਤ ਉੱਚਾ ਨਾਮ ਲੈ ਕੇ ਗਏ ਪੰਜਾਬੀ ਤੇ ਉਹਨਾਂ ਨੂੰ ਤੁਸੀਂ ਸੁਣਦੇ ਹੋ ਜਾਂ ਉਹਨਾਂ ਨੂੰ ਜਹਿਨ 'ਚ ਰੱਖਦੇ ਹੋ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਬਹੁਤ ਸੁਣਿਆ ਅਬਜ਼ਰਵ ਕੀਤਾ ਉਹਨਾਂ ਨੂੰ ਉਹਨਾਂ ਦੇ ਗਾਣੇ ਬਹੁਤ ਗਾਏ ਆ ਆਪਣੇ ਟਾਈਮ ਦੇ ਵਿੱਚ ਬਹੁਤ ਪਰਫਾਰਮ ਕਰਿਆ ਕਿਹੜੀ ਚੀਜ਼ ਪਲੱਸ ਪੁਆਇੰਟ ਲੱਗਦਾ ਤੁਸੀਂ ਵੀ ਤੁਹਾਨੂੰ ਲੱਗਦਾ ਵੀ ਯਾਰ ਉਹਨਾਂ ਦੇ ਬਾਕੀ ਮਿਊਜ਼ਿਕ ਨਾਲੋਂ ਆਹ ਚੀਜ਼ ਉਹਨਾਂ ਦੀ ਅਲੱਗ ਹੁੰਦੀ ਹੈ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਲੱਗਣੀ ਉਹ ਚੀਜ਼ ਤੁਸੀਂ ਖੁਦ ਮਿਊਜ਼ਿਕ ਡਾਇਰੈਕਟਰ ਹੋ ਤੁਸੀਂ ਉਹ ਚੀਜ਼ ਨੂੰ ਬਰੀਕੀ ਨਾਲ ਦੇਖਦੇ ਹੋਵੋਗੇ ਐਕਚੁਅਲੀ ਭਾਜ
ਤੇ ਇਹ ਚੀਜ਼ ਮੈਨੂੰ ਬੜੀ ਅਟਰੈਕਟਿਵ ਲੱਗਦੀ ਹੈ ਉਹਨਾਂ ਦਾ ਖੁੱਲ੍ਹਾਪਨ ਅਤੇ ਉਹਨਾਂ ਦਾ ਮਿਊਜ਼ਿਕ ਦਾ ਜੋ ਜਿਸ ਤਰ੍ਹਾਂ ਦਾ ਅਰੇਂਜਮੈਂਟ ਕਰਦੇ ਆ ਗਿਟਾਰਸ ਐਂਡ ਆਲ ਹੈ ਨਾ ਅਤੇ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗਦੀ ਹੈ। ਅੱਛਾ ਵੀਰੇ ਜਿੱਦਾਂ ਨਾ ਇੱਕ ਜੋ ਅਸੀਂ ਸੋਚਦੇ ਹਾਂ ਵੀ ਪਲੱਸ ਪੁਆਇੰਟ ਆ ਕਿ ਉਹ ਖੁਦ ਇੱਕ ਸਿੰਗਰ ਆ, ਜੋ ਖੁਦ ਇੱਕ ਸਿੰਗਰ ਆ ਉਹ ਮਿਊਜ਼ਿਕ ਨੂੰ ਮਤਲਬ ਹੋਰ ਬਿਹਤਰੀਨ ਕਰ ਸਕਦਾ ਜੀ, ਇਹ ਚੀਜ਼ ਤੁਸੀਂ ਵੇਖਦੇ ਹੋ ਮੰਨਦੇ ਹੋ ਚੀਜ਼? ਜੀ ਜੀ ਮੈਂ ਬਿਲਕੁਲ ਮੰਨਦਾ ਭਾਜੀ, ਕਿਉਂਕਿ ਬੰਦਾ ਪਹਿਲਾਂ ਖੁਦ ਆਪ ਨੂੰ ਉਹ ਚੀਜ਼ ਢਾਲ ਲੈਂਦਾ ਗਾ ਲੈਂਦਾ, ਨਹੀਂ ਚੀਜ਼ ਲੱਗੀ ਜਾਂ ਦੁਬਾਰਾ ਬਣਾਉਂਦਾ। ਜੀ 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 ਇਸ ਗੱਲ 'ਚ ਬਹੁਤ ਵੱਡਾ ਭਾਜੀ ਇੱਕ ਹੈਗਾ ਲੌਜਿਕ ਮੇਰੇ ਅਕੋਰਡਿੰਗ ਹੈਗਾ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਬਟ ਜੋ ਵੀ ਇੱਕ ਮਿਊਜ਼ਿਕ ਪ੍ਰੋਡਿਊਸਰ ਹੈ ਮਿਊਜ਼ਿਕ ਡਾਇਰੈਕਟਰ ਹੈ ਤਾਂ ਉਹਨੂੰ ਸਿੰਗਿੰਗ ਦਾ ਵੀ ਕਿਤੇ ਨਾ ਕਿਤੇ ਪਤਾ ਹੋਣਾ ਚਾਹੀਦਾ, ਕਿਉਂਕਿ ਜਦੋਂ ਆਪਣੇ ਕੋਲ ਇੱਕ ਗਾਣਾ ਬਣਨ ਲਈ ਆਉਂਦਾ ਹੈ ਤਾਂ ਉਹ ਗਾਣਾ ਆਪਣੇ ਦਿਮਾਗ ਦੇ ਨਾਲ ਨਾਲ ਆਪਣੇ ਗਲੇ ਦੇ ਵਿੱਚ ਵੀ ਉਤਰਨਾ ਚਾਹੀਦਾ ਮਿਊਜ਼ਿਕ ਡਾਇਰੈਕਟਰ ਦੇ, ਉਸ ਗਾਣੇ ਨੂੰ ਫਿਰ ਹੀ ਉਹ ਸ਼ੇਪ ਦੇ ਪਾਉਂਦਾ। ਸਭ ਤੋਂ ਪਹਿਲਾਂ ਤਾਂ ਉਹ ਗਾਈਡ ਕਰੂ ਕਿੱਦਾਂ ਗਾਣਾ ਨਾ ਉਸ ਚੀਜ਼ ਨੂੰ, ਅਤੇ ਉਹਦੇ ਮਾਇੰਡ ਦੇ ਵਿੱਚ ਜਦੋਂ ਆਪਾਂ ਕੋਈ ਕੰਪੋਜੀਸ਼ਨ ਸੁਣਦੇ ਹਾਂ ਲਿਰਿਕਸ ਸੁਣਦੇ ਹਾਂ ਤਾਂ ਮਾਇੰਡ ਦੇ ਵਿੱਚ ਇੱਕ ਡਿਜ਼ਾਈਨ ਬਣ ਜਾਂਦਾ ਆਲਰੇਡੀ ਕਿ ਇਹ ਗਾਣਾ ਇੱਧਰਲੀ ਤਰਫ ਜਾ ਰਿਹਾ ਅਤੇ ਮੈਂ ਇੱਧਰ ਇਹਨੂੰ ਬਣਾਉਣਾ ਹੈ ਨਾ, ਅਤੇ ਉਹ ਚੀਜ਼ ਹੈ ਕਿ ਉਹ ਚੀਜ਼ ਬੜੀ ਹੈਲਪ ਕਰਦੀ ਹੈ ਸਿੰਗਿੰਗ, ਜੇ ਅਗਰ ਆਪਾਂ ਉਸ ਚੀਜ਼ ਨੂੰ ਗਾ ਸਕਦੇ ਹਾਂ ਪਰਫੋਰਮ ਕਰ ਸਕਦੇ ਹਾਂ ਤਾਂ ਉਹ ਇੱਕ ਅੱਛਾ ਬਿਲਡਅਪ ਹੁੰਦਾ ਅਤੇ ਬੇਸ਼ੱਕ ਵਧੀਆ ਚੀਜ਼ ਬਣਦੀ ਆ। ਸੋ ਵੀਰੇ ਜਿੱਦਾਂ ਨਾ ਤੁਸੀਂ ਸਟਰਗਲ ਕਰ ਰਹੇ ਹੋ ਹੁਣ ਤੁਹਾਨੂੰ ਮਤਲਬ ਜੋ ਡਿਮਾਂਡ ਹੁੰਦੀ ਉਸ ਤਰੀਕੇ ਨਾਲ ਕੰਮ ਕਰਨਾ ਪੈਂਦਾ, ਜੇ ਸਟਰਗਲ ਕਰਦੇ ਨਾ ਕਿਤੇ ਨਾ ਕਿਤੇ ਕੰਪਰੋਮਾਈਜ਼ ਵੀ ਹੁੰਦਾ, ਚਲੋ ਇਦਾਂ ਦਾ ਕਰ ਦਿੰਦੇ ਹਾਂ। ਪਰ ਅਸਲ ਲੈਵਲ ਵੀਰੇ ਤੁਹਾਡੀ ਅਸਲ ਕੀ ਚੀਜ਼ ਤੁਸੀਂ ਚਾਹੁੰਦੇ ਹੋ, ਬਈ ਮੈਂ ਇਦਾਂ ਦਾ ਕੰਮ ਕਰਨਾ ਯਾਰ, ਮੇਰੇ ਤੋਂ ਇਦਾਂ ਦਾ ਕਿਉਂ ਨਹੀਂ ਹਲੇ ਕਰਵਾ ਰਹੇ, ਜਾਂ ਇਦਾਂ ਦੀ ਚੀਜ਼ ਮੈਂ ਜੇ ਕਰਤੀ ਤਾਂ ਮੈਂ ਹੀ ਕਰ ਸਕਦਾ, ਮਤਲਬ ਐਂਡ ਹੋ ਜੂ ਜਿੱਦਾਂ ਤੁਸੀਂ ਕਿਹਾ ਭਾਜੀ ਐਗਜੈਕਟਲੀ। ਅੱਜ ਦੇ ਟਾਈਮ 'ਚ ਇੰਡਸਟਰੀ ਦੇ ਵਿੱਚ ਆਪਾਂ ਨੂੰ ਅਗਰ ਕੰਮ ਚਾਹੀਦਾ ਤਾਂ ਨਾ ਹਰ ਚੀਜ਼ ਆਪਾਂ ਨੂੰ ਕਰਨੀ ਪੈਂਦੀ, ਕਰਨੀ ਪੈਂਦੀ ਹੈ ਨਾ। ਇੱਕ ਤੁਸੀਂ ਗੱਲ ਤੁਹਾਡੀ ਗੱਲ ਸੀ ਕਿ ਦਿਲ 'ਚ ਇੱਕ ਗੱਲ ਛੁਪੀ ਹੁੰਦੀ ਹੈ, ਇੱਕ ਆਪਣੀ ਸਪੈਸ਼ਲਿਟੀ ਹੁੰਦੀ ਹੈ, ਬਟ ਆਪਾਂ ਉਦੋਂ ਤੱਕ ਨਹੀਂ ਐਕਸਪਲੋਰ ਕਰ ਸਕਦੇ ਜਦੋਂ ਤੱਕ ਆਪਾਂ ਨੂੰ ਉਹ ਮੌਕਾ ਨਹੀਂ ਮਿਲਦਾ। ਅਤੇ ਉਸ ਤੋਂ ਇਲਾਵਾ ਕਲਾਇੰਟ ਹਰ ਤਰ੍ਹਾਂ ਦੇ ਹੁੰਦੇ ਆ, ਹੈ ਨਾ, ਮਿਊਜ਼ਿਕ ਆਪਾਂ ਨੂੰ ਹਰ ਤਰ੍ਹਾਂ ਦਾ ਕਰਨਾ ਪੈਣਾ, ਉਹ ਮੈਂ ਡੈਫੀਨੇਟਲੀ ਕਰਦਾ, ਮੈਂ ਦੇਸੀ ਅਰਬਨ ਐਵਰੀਥਿੰਗ ਕੋਈ ਵੀ ਜੈਨਰ ਹੈ ਤਾਂ ਮੈਂ ਕਰਦਾ, ਬਟ ਜੋ ਮੇਰਾ ਐਕਚੁਅਲ ਜੋ ਮੇਰੇ ਇੱਕ ਦਿਲ ਦੇ ਅੰਦਰ ਚੀਜ਼ ਜੋ ਮੇਰੀ ਆਪਦੀ ਇੱਕ ਹੈ ਨਾ ਖਿੱਚ ਹੈ ਉਹ ਵੈਸਟਰਨ ਮਿਊਜ਼ਿਕ ਨੂੰ ਲੈ ਕੇ ਹੀ ਹੈ, ਅਤੇ ਉਸਨੂੰ ਮੈਂ ਬੜਾ ਫੋਲੋਅਪ ਕਰਦਾ, ਅਤੇ ਅੱਗੇ ਮੇਰੇ ਕਾਫੀ ਪਲਾਨਸ ਨੇ, ਮੈਂ ਖੁਦ ਦੇ ਵੀ ਗਾਣੇ ਵੈਸਟਰਨ ਦੇ ਕਰੇ ਆ ਅਤੇ ਕਲਾਇੰਟਸ ਦੇ ਵੀ ਕਰ ਰਿਹਾ, ਅਤੇ ਬੇਸ਼ੱਕ ਉਹ ਚੀਜ਼ ਜਲਦੀ ਆਏਗੀ। ਬਾਹਰ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬਿਹਤਰੀਨ ਮਿਊਜ਼ਿਕ ਆ ਨਾ, ਕਮਾਲ ਦਾ ਮਿਊਜ਼ਿਕ ਆ, ਉਹ ਕਿਸ ਗੀਤ ਦੀ ਕਿਸ ਚੀਜ਼ 'ਤੇ ਨਿਰਭਰ ਖੜਾ, ਗੀਤ ਦੇ ਸ਼ਬਦਾਂ 'ਤੇ, ਗੀਤ ਦੀ ਕੰਪੋਜੀਸ਼ਨ 'ਤੇ? ਪਰ ਇਹ ਕਹਿਣਾ ਸਹੀ ਨਹੀਂ ਹੋਏਗਾ ਕਿ ਕਿਸੇ ਇੱਕ ਚੀਜ਼ 'ਤੇ ਡਿਪੈਂਡ ਕਰਦਾ, ਕਿਉਂਕਿ ਕਈ ਵਾਰੀ ਇੱਦਾਂ ਹੁੰਦਾ ਨਾ ਤੁਸੀਂ ਗੀਤ ਸੁਣਦੇ ਆ, ਚਲੋ ਠੀਕ ਆ ਸ਼ਬਦ ਉਹਦੇ ਮਤਲਬ ਐਡੇ ਲੈਵਲ ਦੇ ਵੀ ਨਹੀਂ ਹੁੰਦੇ ਜਿਹਨੂੰ ਆਪਾਂ ਕਹਿੰਦੇ ਕਮਾਲ, ਪਰ ਕੰਪੋਜੀਸ਼ਨ ਐਡੀ ਲੈਵਲ ਦੀ ਹੁੰਦੀ, ਆਪਾਂ ਕਹਿੰਦੇ ਯਾਰ ਇਹ ਚੀਜ਼ ਸੋਹਣੀ ਲੱਗੀ ਸੁਣਨ ਨੂੰ। ਉਹੀ ਚੀਜ਼ ਆ ਭਾਜੀ, ਮੈਂ ਤਾਂ ਇਹ ਤੁਹਾਨੂੰ ਕਹਿ ਰਿਹਾ ਕਿ ਆਪਾਂ ਇਸ ਚੀਜ਼ ਨੂੰ ਇਸ 'ਤੇ ਨਹੀਂ ਲਿਮਿਟ ਕਰ ਸਕਦੇ ਕਿ ਲਿਰਿਕਸ ਅੱਛੇ ਹੋਣ ਜਾਂ ਕੰਪੋਜੀਸ਼ਨ ਅੱਛੀ ਹੋਵੇ ਜਾਂ ਮਿਊਜ਼ਿਕ ਅੱਛਾ ਹੋਵੇ, ਇਹਨਾਂ 'ਚੋਂ ਕੁਛ ਵੀ ਭਾਜੀ ਅੱਛਾ ਹੋ ਸਕਦਾ, ਜਿਹੜੀ ਚੀਜ਼ ਅੱਛੀ ਹੈ ਤਾਂ ਉਹ ਅੱਛੀ ਲੱਗਣੀ ਆਪਾਂ ਨੂੰ, ਡੈਫੀਨੇਟਲੀ ਲੱਗਣੀ ਹੈ, ਅਤੇ ਉਹਦੇ ਵਿੱਚ ਕੋਈ ਮਤਲਬ ਇਹਦੇ ਪਿੱਛੇ ਕੋਈ ਖਾਸ ਰਾਜ ਨਹੀਂ ਛੁਪਿਆ ਕਿ ਵੀ ਇਹੀ ਚੀਜ਼ ਵਧੀਆ ਹੋਏਗੀ, ਮਿਊਜ਼ਿਕ ਹੀ ਵਧੀਆ ਹੋਏਗਾ ਤਾਂ ਹੀ ਸਿੰਗਰ ਚੱਲੇਗਾ। ਅਗਰ ਸਿੰਗਰ ਦੀ ਵੋਕਲ 'ਚ ਇੰਨਾ ਦਮ ਹੈ, ਮਾਸ਼ਾਅੱਲਾ ਇੰਨਾ ਸੋਹਣਾ ਗਾਉਂਦੇ ਆ ਨਾ, ਜੇ ਉਹਨਾਂ ਦੀ ਕੰਪੋਜੀਸ਼ਨ ਇੰਨੀ ਸਟਰੋਂਗ ਹੈ, ਉਹਨਾਂ ਦਾ ਲਹਿਜਾ ਵਧੀਆ, ਤਾਂ ਉਹ ਬਹੁਤ ਸਿੰਪਲ ਮਿਊਜ਼ਿਕ ਦੇ ਵਿੱਚ ਵੀ ਬਹੁਤ ਕਮਾਲ ਕਰ ਸਕਦੇ ਆ। ਹਾਂ ਜਗਜੀਤ ਸਾਹਿਬ ਜੀ ਸੀਗੇ, ਕੀ ਬਾਤ ਹੋ, ਲਹਿਜਾ ਮੈਂ ਉਹਨਾਂ ਨੂੰ ਗਜ਼ਲ ਦਾ ਵੀ ਮੈਂ ਬਹੁਤ ਸ਼ੌਂਕ ਰੱਖਦਾ, ਗਜ਼ਲ ਸੁਣਦੇ ਹੋ ਤੁਸੀਂ? ਮੈਂ ਬਚਪਨ ਤੋਂ ਬਹੁਤ ਫੋਲੋ ਕੀਤਾ ਹੈ ਸੈਮੀ ਕਲਾਸੀਕਲ ਕਲਾਸੀਕਲ, ਤੇ ਇਹ ਤੁਹਾਡਾ ਉਹ ਨਹੀਂ ਹੋ ਗਿਆ ਜਿਵੇਂ ਇੱਕ ਪਲੱਸ ਮੈਨਸ ਵਾਲਾ ਕੰਮ ਹੋ ਗਿਆ, ਇੱਕ ਤਾਂ ਤੁਸੀਂ ਬਸ ਬੜਾ ਜੇ ਕਮਰਸ਼ੀਅਲ ਤਾਂ ਬੜੇ ਹਾਈ ਲੈਵਲ ਦਾ, ਤੇ ਜੇ ਇੱਧਰ ਰੂਹਾਨੀਅਤ ਪੂਰੀ ਗਜ਼ਲ ਨਹੀਂ ਭਾਜੀ। ਬਸ ਮੈਨੂੰ ਦੱਸੇ ਨਾ, ਮਿਊਜ਼ਿਕ ਦੀ ਕੋਈ ਲੈਂਗੁਏਜ ਨਹੀਂ, ਕੋਈ ਉਹ ਚੀਜ਼ ਨਹੀਂ ਹੈ ਨਾ, ਇੱਕ ਬੰਦੇ ਦੇ ਅੰਦਰ ਇੱਕ ਜ਼ਰੂਰ ਇੱਕ ਸਪਾਰਕ ਹੁੰਦਾ ਉਹਦਾ ਆਪਦਾ, ਬਟ ਮਿਊਜ਼ਿਕ ਦੀ ਕੋਈ ਲੈਂਗੁਏਜ ਨਹੀਂ, ਆਪਾਂ ਜੋ ਵੀ ਚੀਜ਼ ਆਪਾਂ ਨੂੰ ਅੱਛੀ ਸੁਣਨ ਨੂੰ ਮਿਲਦੀ ਹੈ ਤਾਂ ਉਹ ਅੱਛੀ ਲੱਗਣੀ ਹੈ। ਤੇ ਜਦੋਂ ਮੇਰਾ ਸਿੰਗਿੰਗ 'ਚ ਵੀ ਸਫ਼ਰ ਰਿਹਾ, ਮੈਂ ਕਾਫੀ ਕਲਾਸਿਸ ਲਗਾਉਂਦਾ ਰਿਹਾ, ਮਤਲਬ ਰਿਆਜ਼ ਕਰਦਾ ਰਿਹਾ, ਤਾਂ ਉਹਨਾਂ ਚੀਜ਼ਾਂ 'ਚ ਮੈਂ ਗੁਜ਼ਰਿਆ, ਹਾਰਮੋਨੀਅਮ ਜਦੋਂ ਆਪਾਂ ਪਲੇ ਕਰਦੇ ਹਾਂ ਸਟਾਰਟਿੰਗ ਦੇ ਵਿੱਚ ਨਾ, ਅਤੇ ਉਹਦੇ ਨਾਲ ਰਿਆਜ਼ ਕਰਦੇ ਹਾਂ, ਤਾਂ ਉਦੋਂ ਸਭ ਤੋਂ ਪਹਿਲਾਂ ਇਹੀ ਚੀਜ਼ਾਂ ਹੁੰਦੀਆਂ ਜੋ ਆਪਾਂ ਗਾਣਾ ਸਿੱਖਦੇ ਹਾਂ, ਗਜ਼ਲ ਸੈਮੀ ਕਲਾਸੀਕਲ ਅਤੇ ਆਪਣਾ ਕਲਾਸੀਕਲ ਹੈ ਨਾ ਰਾਗਦਾਰੀ ਸਾਰਾ, ਅਤੇ ਉਹ ਚੀਜ਼ਾਂ ਦੇ ਵਿੱਚ ਵੀ ਫਿਰ ਮੈਂ ਬੜੀ ਨਜ਼ਦੀਕਿਓਂ ਜਾ ਕੇ ਆਇਆ, ਮਨਜੀਤ ਜੀ ਸਾਹਿਬ ਜੀ ਬਹੁਤ ਵਧੀਆ ਲੱਗਦੇ ਨੇ, ਅੱਜ ਵੀ ਮੈਂ ਉਹਨਾਂ ਦਾ ਮੈਟਰ ਸੁਣਦਾ, ਜਦੋਂ ਵੀ ਸਟ੍ਰੈਸਡ ਆਊਟ ਹੁੰਦਾ ਬੰਦਾ ਤਾਂ ਕੁਛ ਸਕੂਨ ਦੇ ਪਲ ਲੈਣ ਲਈ ਤਾਂ ਆਪਾਂ ਉਹਨਾਂ ਨੂੰ ਸੁਣਦੇ ਹਾਂ, ਅਤੇ ਇਹੀ ਗੱਲ ਹੈ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਇੰਨਾ ਅਸਰ ਸੀ ਭਾਜੀ ਕਿ ਉਹ ਬਿਲਕੁਲ ਹੀ ਬਿਲਕੁਲ ਸਿੰਪਲ ਠੇਕੀ ਸਾਰੀ ਚੀਜ਼ਾਂ ਨੂੰ ਕਵਰ ਹੋ ਜਾਂਦੀ ਹੈ, ਸ਼ਬਦ ਵੀ ਕਵਰ ਹੋ ਗਏ, ਕੁਝ ਵੀ ਨਹੀਂ ਰਹਿੰਦਾ ਸੀਗਾ, ਸਹੀ ਗੱਲ ਇਹ ਚੀਜ਼ ਆ। ਸੋ ਵੀਰੇ ਮੁਲਾਕਾਤ ਆਪਾਂ ਗੱਲਬਾਤ ਜਾਰੀ ਰੱਖਾਂਗੇ, ਤੁਸੀਂ ਕੁਝ ਵੀ ਸੁਣਾਓ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ। ਜ਼ਰੂਰ ਭਾਜੀ, ਜਿੱਦਾਂ ਤੁਸੀਂ ਕਹਿ ਰਹੇ ਸੀਗੇ ਬੀ ਪ੍ਰਾਕ ਭਾਜੀ ਦਾ ਹੀ ਮੇਰਾ ਬੜਾ ਫੇਵਰੇਟ ਗਾਣਾ ਮਨ ਭਰਿਆ, ਕਿਆ ਬਾਤ, ਐਵਰਗ੍ਰੀਨ ਸੌਂਗ ਹੈ, ਬਿਲਕੁਲ ਬਿਲਕੁਲ। ਵੈਸੇ ਮੈਨੂੰ ਮਾਫ਼ ਕਰਨਾ ਥੋੜ੍ਹਾ ਮੇਰਾ ਅਗਲਾ, ਨਹੀਂ ਨਹੀਂ ਕੋਈ ਗੱਲ ਨਹੀਂ,
गल गल ते शक कर दे एतबार जरा भी नहीं हुन तेरियां अखियां च मेरे लिए प्यार जरा भी नहीं वे मैथों तेरा मन भरिया क्या बात है भी बहुत बहुत प्यारी वोकल है तुहाडी थैंक यू सो मच भाजी बस थोड़ी कोशिश करदा नहीं 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 बहुत चंगा भी बहुत चंगा अच्छा ना जदों आपां म्यूजिक बनाउने आ ना एक बंदे दा एक स्टाइल हुंदा भाई ये म्यूजिक बनाउंदा तां ओह आ फील होऊगा तुहाडा केड़ा इंस्ट्रूमेंट ऐ जिहड़ा तुहाडा बहुत पसंदीदा जी मैं गिटार से खेलना ज्यादा पसंद करदा इलेक्ट्रिक गिटार हो गया गिटार दे लीड्स हो गए रिफ्स हो गया ते उस नूं उस चीज़ नूं मैं बेस मेलोडी बना के ही अपना स्ट्रक्चर अगे रेडी करदा ई चीज़ तुसीं सही पुछे कि हां इक चीज़ हुंदी इक एलिमेंट हुंदा हां हर प्रोड्यूसर का एक एलिमेंट होता है मैं गिटार से ज्यादा मैं काम करता हूं मतलब गिटार का कहते रियाज बहुत सब तो औखा रियाज गिटार का बहुत बारीकियां होती ने उधर विच क्योंकि पाजी वो दो चीजें कवर करता है एक्चुअली सुर ते ताल दोनों सुर ते ताल हां गिटार ही एक ऐसा साज है जो अपन एक रिदम भी देता है प्रॉपर ठीक अपन सुर दे विच भी रखता है ते थोड़ा मंगदा वो ज्यादा प्रैक्टिस मंगदा है बेशक हां बिल्कुल सो वीर तुसी जिद्दा तुम्हारी वोकल बहुत कमाल दी है ना ते ਕਿੱਦਾਂ ਦਾ ਤੁਸੀਂ ਆਪਣੇ ਲਈ ਟਰੈਕ ਬਣਾ ਰਹੇ ਹੋ ਕੁਝ ਇਦਾਂ ਦਾ ਜਿਹੜਾ ਬਣਾਇਆ ਤੁਸੀਂ ਹਾਂਜੀ ਭਾਜੀ ਜਾਂ ਚਾਹੁੰਦੇ ਹੋ ਵੀ ਕੁਝ ਇਦਾਂ ਦਾ ਆਪਣੇ ਲਈ ਟਰੈਕ ਬਣਾਉਣਾ ਕਿਉਂਕਿ ਜਦੋਂ ਤੁਹਾਡੇ ਸਾਰੇ ਪਲਸ ਪੁਆਇੰਟ ਮਿਊਜ਼ਿਕ ਤੁਸੀਂ ਖੁਦ ਕਰਨਾ ਵੋਕਲ ਤੁਹਾਡੀ ਆਪਣੀ ਹੈ ਜੀ ਜੀ ਹਾਂਜੀ ਭਾਜੀ ਮੇਰੇ ਐਕਚੁਅਲੀ ਕਾਫੀ ਮਤਲਬ ਔਨ ਦਾ ਵੇ ਟਰੈਕਸ ਹੈਗੇ ਆ ਜੋ ਮੈਂ ਚੀਜ਼ਾਂ ਇੱਕ ਮੈਂ ਆਪਣੇ ਮਾਈਂਡ ਦੇ ਵਿੱਚ ਇੱਕ ਪਲਾਨ ਕਰਿਆ ਹੋਇਆ ਕਿ ਨਾ ਕਿ ਸਟੈਪ ਬਾਈ ਸਟੈਪ ਚੱਲਣਾ ਨਾ ਕਦੇ ਕਾਲੀ ਨਹੀਂ ਹੁੰਦੀ ਮਿਊਜ਼ਿਕ ਦੇ ਵਿੱਚ ਕਦੇ ਤੇਜ਼ ਨਹੀਂ ਹੁੰਦੀ ਬਿਲਕੁਲ ਇੱਕ ਸਟੈਪ ਬਾਈ ਸਟੈਪ ਆਪਾਂ ਚੱਲਣਾ ਚਾਹੀਦਾ ਇੱਕ ਸੋਚ ਸਮਝ ਕੇ ਚੱਲਣਾ ਚਾਹੀਦਾ ਤੇ ਮੈਂ ਕੁਝ ਗਾਣੇ ਆਪਣੇ ਆਲਰੇਡੀ ਪ੍ਰੀਪੇਅਰ ਕਰੇ ਹੋਇਆ ਉਹਦੇ ਵਿੱਚ ਡਾਂਸਿੰਗ ਸੌਂਗਸ ਵੀ ਹੈ ਭਾਜੀ ਰੂਦਾ ਰੇਲੇ ਸੌਂਗਸ ਵੀ ਹੈ ਸਵੀਟ ਸੌਂਗਸ ਵੀ ਹੈ ਰੋਮਾਂਟਿਕ ਸੌਂਗਸ ਵੀ ਹੈ ਤੇ ਇੱਕ ਮੈਂ ਥੋੜਾ ਥੋੜਾ ਸਾਰਾ ਪੈਕੇਜ ਰੱਖਿਆ ਤੇ ਜਲਦੀ ਹੀ ਮੈਂ ਮਤਲਬ ਉਸ ਚੀਜ਼ ਤੇ ਵੀ ਵਰਕਆਊਟ ਕਰਨਾ ਸਟਾਰਟ ਕਰੂੰਗਾ ਕਿਆ ਹਾਂਜੀ ਹਾਂਜੀ ਸੋ ਵੀਰੇ ਮੈਂ ਇਹ ਜਿੱਦਾਂ ਤੁਸੀਂ ਕਿਹਾ ਕਿ ਤੁਹਾਡਾ ਜੀ ਮੈਂ ਪੁੱਛਾਂ ਤੁਹਾਡੇ ਤੋਂ ਤੁਹਾਡਾ ਫੇਵਰਿਟ ਜੋਨਰ ਕਿਹੜਾ ਤੁਸੀਂ ਰੋਮਾਂਟਿਕ ਨੂੰ ਬਹੁਤ ਵਧੀਆ ਤੁਸੀਂ ਫੀਲ ਦੇ ਸਕਦੇ ਹੋ ਸੈਡ ਸੌਂਗ ਨੂੰ ਬੀਟ ਸੌਂਗ ਨੂੰ ਜਾਂ ਕਿਸ ਤਰੀਕੇ ਨੂੰ ਕਾਈਂਡ ਆਫ ਭਾਜੀ ਸੌਫਟ ਸੈਨਰ ਆਪਾਂ ਕਹੀਏ ਤਾਂ ਕਿ ਉਹਦੇ ਵਿੱਚ ਰੋਮਾਂਟਿਕ ਵੀ ਆ ਸਕਦਾ ਰੋਮਾਂਟਿਕ ਬੀਟ ਵੀ ਆ ਸਕਦਾ ਹੈ ਇਹ ਚੀਜ਼ਾਂ ਸਪੈਸੀਫਿਕਲੀ ਕਿ ਇੱਕ ਸੈਡ ਰੋਮਾਂਟਿਕ ਸੈਡ ਸੌਂਗ ਮੇਰੀ ਆਵਾਜ਼ ਹੈ ਜਿਵੇਂ ਮੈਨੂੰ ਲੋਕੀ ਕਹਿੰਦੇ ਆ ਨਾ ਫਰੈਂਡ ਦੱਸਦੇ ਸਾਰੇ ਕਿ ਠਹਿਰਾਵ ਹੈ ਠਹਿਰਾਵ ਥੋੜ੍ਹਾ ਇੱਕ ਪੇਸ਼ੈਂਸ ਹੈ ਤਾਂ ਉਹ ਸੁਣ ਕੇ ਸਕੂਨ ਜਿਹਾ ਲੱਗਾ ਮੈਂ ਇੱਕ ਹੁੰਦਾ ਕਿ ਆਪਾਂ ਨੂੰ ਕੋਈ ਬੂਸਟ ਅਪ ਕਰਦਾ ਨਾ ਇੱਕ ਸਕੂਨ ਹੁੰਦਾ ਤਾਂ ਮੈਨੂੰ ਖੁਦ ਲੱਗਦਾ ਕਿ ਉਹ ਚੀਜ਼ ਮੇਰੀ ਬਾਕੀ ਚੀਜ਼ਾਂ ਨਾਲੋਂ ਥੋੜ੍ਹੀ ਸਟਰੋਂਗ ਹੈ ਬਿਲਕੁਲ ਸੋ ਵੀਰੇ ਕਦੇ ਇੱਦਾਂ ਹੋਇਆ ਤੁਸੀਂ ਨਾ ਕੋਈ ਮਿਊਜ਼ਿਕ ਬਣਾਇਆ ਹੋਵੇ ਤੁਸੀਂ ਕਿਸੇ ਸਿੰਗਰ ਤੱਕ ਅਪਰੋਚ ਕੀਤਾ ਹੋਵੇ ਬਈ ਮੈਂ ਮਿਊਜ਼ਿਕ ਬਣਾਇਆ ਮੈਂ ਚਾਹੁੰਦਾ ਕਿ ਤੁਸੀਂ ਵੋਕਲ ਦਿਓ ਮੈਨੂੰ ਕਦੇ ਇਹ ਚੀਜ਼ ਹੋਈ ਹੈ ਭਾਜੀ ਐਕਚੁਅਲੀ ਥੋੜ੍ਹਾ ਜਿਹਾ ਈਗੋਇਸਟਿਕ ਲੱਗੂਗਾ ਬਟ ਨਹੀਂ ਮੈਂ ਇਸ ਚੀਜ਼ ਨੂੰ ਆਪਣਾ ਮਾਣ ਸਮਝਦਾ ਮੈਂ ਸਮਝਦਾ ਕਿ ਕੰਮ ਐਸਾ ਮੈਂ ਕਰਾਂ ਕਹਿੰਦੇ ਨਾ ਕਿ ਹੈ ਨਾ ਵੱਡਾ ਵੱਡੇ ਨਾਮ ਨਾਲ ਹੀ ਕੰਮ ਕਰਕੇ ਵੱਡਾ ਨਹੀਂ ਬਣਾਇਆ ਜਾਂਦਾ ਛੋਟੇ ਤੋਂ ਸ਼ੁਰੂ ਕਰਕੇ ਹੀ ਫੇਰ ਹੀ ਵੱਡੇ ਤੱਕ ਜਾਇਆ ਜਾਂਦਾ ਨਾ ਅਤੇ ਮੇਰੀ ਸੋਚਣੀ ਇਹ ਕਿ ਆਪਾਂ ਛੋਟੇ ਲੈਵਲ ਤੋਂ ਹੀ ਇੰਨਾ ਵੱਡਾ ਕੰਮ ਕਰੀਏ ਕਿ ਵੱਡੇ ਖੁਦ ਆਪਣੇ ਕੋਲ ਆਉਣ ਨਹੀਂ ਨਹੀਂ ਵੀਰੇ ਬਹੁਤ ਚੰਗੀ ਗੱਲ ਲੱਗੀ ਤੁਹਾਡੀ ਮੈਨੂੰ ਹਾਂ ਕਿਉਂਕਿ ਆਪਣੇ ਚਲੋ ਹੁਨਰ ਆ ਹੈ ਨਾ ਆਪਾਂ ਕੁਝ ਕਰ ਸਕਦੇ ਹਾਂ ਤਾਂ ਆਪਾਂ ਨੂੰ ਲੱਗਦਾ ਕਿ ਸਾਡੇ ਕੰਮ ਦੀ ਕਾਬਲੀਅਤ ਇੰਨੀ ਹੈ ਜੀ 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 ਖੁਦ ਸਾਡੇ ਤੱਕ ਬੰਦੇ ਆ ਸਕਦੇ ਹਾਂ ਐਗਜੈਕਟਲੀ ਜਿਹੜੇ ਮਤਲਬ ਯੂਜਲੀ ਹੁੰਦਾ ਨਾ ਕਿ ਮਿਊਜ਼ਿਕ ਪ੍ਰੋਡਿਊਸਰ ਨੂੰ ਸੀਖ ਹੁੰਦੀ ਹੈ ਕਿ ਆਪਾਂ ਇੱਕ ਚੰਗੇ ਵੋਕਲਿਸਟ ਨਾਲ ਇੱਕ ਵੱਡੇ ਨਾਮੀ ਵੋਕਲਿਸਟ ਨਾਲ ਕੰਮ ਕਰੀਏ ਤਾਂ ਉਹ ਚੀਜ਼ ਮੇਰੇ ਦਿਲ 'ਚ ਵੀ ਹੈਗੀ ਹੈ ਡੈਫੀਨੇਟਲੀ ਹੈਗੀ ਹੈ ਬਟ ਉਸ ਚੀਜ਼ ਨੂੰ ਮੈਂ ਆਈ ਨਹੀਂ ਚਾਹੁੰਦਾ ਕਿ ਮੈਂ ਕਿਸੇ ਨੂੰ ਲਾਈਕ ਆ ਫੇਵਰ ਨਹੀਂ ਲੈਣਾ ਚਾਹੁੰਦਾ ਭਾਜੀ ਹੈ ਨਾ ਮਤਲਬ ਇੱਛਾ ਇੱਛਾ ਹੈ ਇੱਛਾ ਡੈਫੀਨੇਟਲੀ ਕਿੰਨਾ ਦੇ ਨਾਲ ਇੱਛਾ ਲੱਗੇ ਜਾਂ ਜੇ ਮੈਂ ਕੰਮ ਕਰਨ ਦਾ ਮੌਕਾ ਮਿਲੇ ਜਾਂ ਮੇਰੇ ਮਿਊਜ਼ਿਕ ਦੇ ਅਕੋਰਡਿੰਗ ਉਹ ਬੰਦਾ ਪੂਰਾ ਫਿੱਟ ਬੈਠੂਗਾ ਭਾਜੀ ਕਾਫੀ ਆਰਟਿਸਟ ਨੇ ਕਾਫੀ ਨਾਮ ਨੇ ਤੇ ਉਹਨਾਂ ਚੋਂ ਬੇਸ਼ੱਕ ਇੱਕ ਨਾਮ ਗਿਣੇ ਸੁਣੇ ਬੀ ਪ੍ਰਾਗ ਭਾਜੀ ਵੀ ਨੇ ਤੇ ਨਵਾਨ ਸੰਧੂ ਭਾਜੀ ਨੇ ਮੈਨੂੰ ਬਹੁਤ ਵਧੀਆ ਲੱਗਦਾ ਉਹਨਾਂ ਟੈਕਸਚਰ ਤੇ ਜੱਸੀ ਗਿੱਲ ਭਾਜੀ ਕਾਫੀ ਨਾਮ ਨੇ ਭਾਜੀ ਇੰਡਸਟਰੀ 'ਚ ਬਿਲਕੁਲ ਜਿਹਨੂੰ ਆਏ ਜੋ ਉਮੀਦ ਹੁੰਦਾ ਨਹੀਂ ਯਾਰ ਜੇ ਮੈਂ ਵਿਜ਼ਿਟ ਕਰਾਂ ਤਾਂ ਉਹ ਇਹ ਮੇਰੇ ਜੂਨਰ ਦੇ ਵਿੱਚ ਜੀ 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 ਪੂਰੀ ਫਿੱਟ ਬੈਠ ਜਾਂਦੀ ਹੈ ਜੀ 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 ਸੋ ਵੀਰੇ ਤੁਹਾਡਾ ਟਰੈਕ ਰਿਲੀਜ਼ ਹੋਣਾ ਜੋ ਰੱਬ ਦੀ ਮਰਜ਼ੀ ਜੀ 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 ਇਹ ਟਰੈਕ ਬਾਰੇ ਥੋੜਾ ਦੱਸੋ ਮੈਂ ਜਦੋਂ ਸੁਣ ਰਿਹਾ ਸੀ ਨਾ ਤੇ ਕਮਾਲ ਦੇ ਸ਼ਬਦ ਨੇ ਗੀਤ ਦੇ ਵਿੱਚ ਕਮਾਲ ਦੀ ਕੰਪੋਜੀਸ਼ਨ ਹੈ ਨਾ ਕਮਾਲ ਦਾ ਗਾਇਆ ਔਰ ਮਿਊਜ਼ਿਕ ਵੀ ਕਮਾਲ ਦਾ ਤੁਸੀਂ ਉਹ ਫੀਲ ਦਿੱਤਾ ਪ੍ਰੋਪਰ ਹਾਲਾਂਕਿ ਤੁਸੀਂ ਜਿੱਦਾਂ ਕਹਿੰਦੇ ਸੀ ਕਿ ਤੁਸੀਂ ਕਮਰਸ਼ੀਅਲ ਸੁਣਦੇ ਹੋ ਪਰ ਮੈਨੂੰ ਕਮਰਸ਼ੀਅਲ ਇਹਦੇ ਵਿੱਚ ਤੁਸੀਂ ਲੱਗਿਆ ਤਾਂ ਇਹ ਜੋ ਇਹ ਗੀਤ ਦੇ ਵਿੱਚ ਐਕਚੁਅਲੀ ਹੋਣਾ ਚਾਹੀਦਾ ਤੁਸੀਂ ਉਹ ਚੀਜ਼ ਇਹ ਪਾਤੀ ਇਹਦੇ ਵਿੱਚ ਹੈਨਾ ਵੀ ਚਲੋ ਇਹ ਤਾਂ ਸਭ ਪਰਮਾਤਮਾ ਦੀ ਰਜ਼ਾ ਨਾਲ ਹੁੰਦਾ ਤੇ ਆਪਾਂ ਜਸਟ ਫੋਲੋ ਅਪ ਕਰਦੇ ਆਂ ਮੈਂ ਥੋੜਾ ਕਾਈਂਡ ਆਫ ਰਿਲੀਜੀਅਸ ਵੀ ਥੋੜਾ ਭਾਜੀ ਹਾਂ ਹਾਂ ਤੇ ਉਹ ਸੀਜ਼ਨ ਨੂੰ ਮੈਂ ਫੋਲੋ ਕਰਦਾ ਕਿ ਜੋ ਵੀ ਮੈਂ ਕਰ ਰਿਹਾ ਜੋ ਵੀ ਮੇਰੇ ਤੋਂ ਹੋ ਰਿਹਾ ਉਹ ਮੈਂ ਖੁਦ ਨਹੀਂ ਕਰ ਰਿਹਾ ਪਰਮਾਤਮਾ ਦਾ ਹੱਥ ਹੈ ਸਾਰਾ ਪਰਮਾਤਮਾ ਦੀ ਮੇਰੇ ਤੇ ਪੂਰੀ ਮਿਹਰ ਹੈ ਤੇ ਕਿਵੇਂ ਗੀਤ ਤੁਹਾਡੇ ਤੱਕ ਆਇਆ ਤੁਸੀਂ ਕਿਵੇਂ ਇਹ ਗੀਤ ਨੂੰ ਤੁਸੀਂ ਨਿਭਾਇਆ ਕਿਵੇਂ ਹਾਂ ਐਕਚੁਅਲੀ ਬਹੁਤ ਰੈਂਡਮ ਸੀਗਾ ਮੈਂ ਰਵੀ ਭਾਜੀ ਨੂੰ ਅੱਜ ਤਾਂ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਤੇ ਬਟ ਜਦੋਂ ਅਸੀਂ ਬਿਲਕੁਲ ਰੈਂਡਮ ਸੀ ਜਾਣਦੇ ਨਹੀਂ ਸੀਗੇ ਉਦਾਂ ਰੈਂਡਮਲੀ ਭਾਜੀ ਕਿਸੇ ਰੈਫਰੈਂਸ ਦੇ ਥਰੂ ਮੇਰੇ ਕੋਲ ਆਏ ਸੀਗੇ ਮੇਰੇ ਸਟੂਡੀਓ
ਕਿ ਆਪਾਂ ਇੱਦਾਂ ਦਾ ਟਰੈਕ ਕਰਨਾ ਹੈ ਈਵਨ ਕਿ ਤੁਸੀਂ ਯਕੀਨ ਨਹੀਂ ਮੰਨੋਗੇ ਇਸ ਤੋਂ ਪਹਿਲਾਂ ਮੈਂ ਕੋਈ ਡਿਵੋਸ਼ਨਲ ਸੌਂਗ ਕਰਿਆ ਵੀ ਨਹੀਂ ਅੱਛਾ ਇਸ ਤੋਂ ਫਸਟ ਸੌਂਗ ਇਦਾਂ ਜੋਂਦਰ ਪਹਿਲਾਂ ਸੀ ਇਸ ਮਾਈ ਫਸਟ ਸੌਂਗ ਡਿਵੋਸ਼ਨਲ ਦੇ ਵਿੱਚ ਤੇ ਜਦੋਂ ਪਾਜੀ ਨਾਲ ਗੱਲ ਹੋਈ ਪਾਜੀ ਨੇ ਮੈਨੂੰ ਆਪਣੀ ਕੰਪੋਜੀਸ਼ਨ ਸੁਣਾਈ ਆਪਣੀ ਆਪ ਵੀ ਤੀਸ ਨਹੀਂ ਉਹਨਾਂ ਨੇ ਆਪਣੇ ਲਿਰਿਕਸ ਸੁਣਾਏ ਪਰ ਰੀਅਲੀ ਉਹ ਬਹੁਤ ਟੱਚ ਕੀਤਾ ਮੈਨੂੰ ਤੇ ਮੈਂ ਪਾਜੀ ਨੂੰ ਕਮਿਟ ਕਰਿਆ ਸਮ ਹਾਉ ਜਿਵੇਂ ਮਰਜ਼ੀ ਇਹ ਚੀਜ਼ ਮੈਂ ਕਰਨੀ ਹੈ ਮੈਂ ਕਰਕੇ ਰਹੂੰਗਾ ਕੀ ਬਾਤ ਹੈ ਸੋ ਚੰਗੀ ਨਿਭਾਈ ਵੀ ਹੈ ਵੀਰੇ ਜੀ ਜੀ ਬਸ ਉਸ ਚੀਜ਼ ਦੇ ਵਿੱਚ ਜਦੋਂ ਆਪਾਂ ਕਿਸੇ ਚੀਜ਼ ਨੂੰ ਡੈਡੀਕੇਸ਼ਨ ਨਾਲ ਕਰਦੇ ਹਾਂ ਨਾ ਮਨ ਲਗਾ ਕੇ ਕਰਦੇ ਹਾਂ ਆਪਣੇ ਮਨ ਦੇ ਵਿੱਚ ਉੱਤਰ ਗਈ ਤਾਂ ਫਿਰ ਉਹ ਚੀਜ਼ ਹੋਣੀ ਹੋਣੀ ਹੈ ਤੇ ਉਹ ਖੁਦ ਬਖੁਦ ਹੁੰਦੀ ਗਈ ਭਾਜੀ ਮੈਨੂੰ ਵੀ ਨਹੀਂ ਪਤਾ ਕੀ ਬਾਤ ਅੱਛਾ ਵੀਰੇ ਜਦੋਂ ਮਿਊਜ਼ਿਕ ਬਣਾਉਂਦੇ ਨਾ ਅੱਜ ਕੱਲ੍ਹ ਇੱਦਾਂ ਹੁੰਦਾ ਵੀ ਮਿਊਜ਼ਿਕ ਕਹਿੰਦੇ ਹਰ ਬੰਦਾ ਬਣਾ ਸਕਦਾ ਇੱਕ ਲਾਇਬ੍ਰੇਰੀ ਮਿਲਦੀ ਹੈ ਬਣੀ ਬਣਾਈ ਉਹ ਆਪਣੇ ਆਪ ਪੀਸੀ ਵਿੱਚ ਫਿੱਟ ਕਰ ਲਓ ਮਿਊਜ਼ਿਕ ਬਣਾ ਦਿਓ ਜੇ ਸਿੱਖ ਲੈਂਦਾ ਬੰਦਾ ਹਾਂਜੀ 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 ਤੁਸੀਂ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਇੰਨਾ ਕੁ ਸੌਖਾ ਇੰਨਾ ਕੁ ਸੌਖਾ ਕਿ ਅਸੀਂ ਲਾਇਬ੍ਰੇਰੀ ਲੈ ਆਂਦੀ ਤੇ ਆਪਣੀ ਪੀਸੀ 'ਚ ਲੈ ਆਂਦੇ ਉਹਨੂੰ ਫਿੱਟ ਕਰ ਲਈ ਤੇ ਮਿਊਜ਼ਿਕ ਬਣਾਤਾ ਕਿੰਨਾ ਕੁ ਔਖਾ ਕਿੰਨਾ ਕੁ ਸੌਖਾ ਐਕਚੁਅਲੀ ਨਾ ਭਾਜੀ ਇੱਕ ਚੀਜ਼ ਆ ਕਿ ਹੈ ਨਾ ਆਪਾਂ ਦੇਖਦੇ ਹਾਂ ਵੀ ਕੋਈ ਵੀ ਚੀਜ਼ ਆ ਹੁਣ ਜਿਵੇਂ ਕਹਿ ਰਹੇ ਹੋ ਕਿ ਲਾਇਬ੍ਰੇਰੀ ਹੈਗੀ ਆ ਨਾ ਲਾਇਬ੍ਰੇਰੀ ਓਬਵੀਅਸਲੀ ਹੈਗੀ ਆ ਬਟ ਉਸ ਲਾਇਬ੍ਰੇਰੀ ਨੂੰ ਸਹੀ ਤਰੀਕੇ ਨਾਲ ਸਮਝ ਨਾਲ ਸੁਰ ਦੇ ਵਿੱਚ ਤਾਲ ਦੇ ਵਿੱਚ ਰਾਗ ਦੇ ਵਿੱਚ ਉਹ ਸਾਰੀ ਚੀਜ਼ਾਂ ਦੀ ਜੇ ਆਪਾਂ ਨੂੰ ਨੌਲੇਜ ਆਪਾਂ ਫਿਰ ਉਤਾਰ ਸਕਦੇ ਹਾਂ ਕਿਉਂਕਿ ਕੋਈ ਵੀ ਦੁੱਖ ਕਿਤੇ ਵੀ ਐਡਜਸਟ ਨਹੀਂ ਹੋ ਸਕਦਾ ਕੋਈ ਵੀ ਸੈਂਪਲ ਕਿਤੇ ਵੀ ਐਡਜਸਟ ਨਹੀਂ ਹੋ ਸਕਦਾ ਹੈ ਨਾ ਅਤੇ ਇਹੀ ਚੀਜ਼ ਹੈ ਕਿ ਬੰਦੇ ਨੂੰ ਬੇਸਿਕ ਨੌਲੇਜ ਥਿਊਰੀਜ਼ ਉਹਦੀ ਕਲੀਅਰ ਹੋਣੀਆਂ ਚਾਹੀਦੀਆਂ ਡੈਫੀਨੇਟਲੀ ਹੋਣੀਆਂ ਚਾਹੀਦੀਆਂ ਬਾਕੀ ਮਿਊਜ਼ਿਕ ਦੀ ਭਾਜੀ ਲਿਮਿਟੇਸ਼ਨ ਕੋਈ ਨਹੀਂ ਹੈ ਨਿਕਲਦੀ ਬਸ ਆਪਣੀ ਬਾਹਰ ਤੁਸੀਂ ਜੇ ਤੁਹਾਡੇ ਨਾਲ ਸਿੱਖਣ ਦੀ ਗੱਲ ਕਰਾਂ ਤਾਂ ਤੁਸੀਂ ਕਿੱਦਾਂ ਸਿੱਖੀ ਚੀਜ਼ ਮੈਂ ਭਾਜੀ ਮੇਰਾ ਥੋੜ੍ਹਾ ਲੌਂਗ ਪ੍ਰੋਸੈਸ ਆ ਮੈਨੂੰ ਦੱਸਿਆ ਜਿੱਦਾਂ ਨਾ ਸਕੂਲ ਟਾਈਮ ਤੋਂ ਗਾਣਾ ਸਟਾਰਟ ਕੀਤਾ ਅਤੇ ਉਦੋਂ ਬਾਅਦ ਫਿਰ ਮੈਂ ਉਦੋਂ ਮੈਂ ਸਟੱਡੀ ਸਰ ਮੈਂ ਆਪਦੀ ਕੰਪਿਊਟਰ ਐਪਲੀਕੇਸ਼ਨ ਕਰੀ ਆ ਸੋਫਟਵੇਅਰ ਡਿਵੈਲਪਮੈਂਟ ਕਰੀ ਮੈਂ ਉਹਦੇ ਨਾਲ ਨਾਲ ਮੈਂ ਪੈਰਲਰ ਰੱਖਿਆ ਕਿਉਂਕਿ ਮੈਨੂੰ ਸਟੱਡੀ ਦਾ ਵੀ ਸ਼ੌਂਕ ਸੀ ਮੇਰੇ ਘਰਦੇ ਵੀ ਕਹਿੰਦੇ ਸੀਗੇ ਵੀ ਤੂੰ ਕਰਨੀ ਹੈ ਬਟ ਉਹ ਚੀਜ਼ ਮੈਂ ਨਹੀਂ ਸਟਿਲ ਨਹੀਂ ਬਣਨਾ ਚਾਹੁੰਦਾ ਸੀ ਨਾ ਚਲੋ ਮੈਂ ਆਪਣਾ ਇੱਕ ਫਰਜ਼ ਸਮਝ ਕੇ ਉਹਨੂੰ ਮੈਂ ਕਰ ਲਿਆ ਉਹਨੂੰ ਨਿਭਾਤਾ ਉਹਦੇ ਨਾਲ ਨਾਲ ਮੇਰਾ ਲਰਨਿੰਗ ਵੀ ਚੱਲ ਰਹੀ ਯੂਟਿਊਬ ਮੇਰਾ ਬਹੁਤ ਵੱਡਾ ਲਰਨਿੰਗ ਸੋਰਸ ਰਿਹਾ ਅਤੇ ਉਹਦੇ ਵਿੱਚ ਹੌਲੀ ਹੌਲੀ ਇੰਸਟਰੂਮੈਂਟਸ ਦੀ ਨੌਲੇਜ ਲਈ ਮੈਂ ਗਿਟਾਰ ਦੀ ਨੌਲੇਜ ਲਈ ਗਿਟਾਰ ਵਜਾਉਣਾ ਮੈਂ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੈਂ ਇੰਸਟਰੂਮੈਂਟ ਗਿਟਾਰ ਵਜਾਉਣਾ ਸ਼ੁਰੂ ਕੀਤਾ ਉਹਦੇ ਨਾਲ ਹੀ ਮੈਨੂੰ ਸਿੰਗਿੰਗ ਨੂੰ ਵੀ ਮੇਰੇ ਜੰਪ ਮਿਲਿਆ ਅਤੇ ਉਦੋਂ ਬਾਅਦ ਹਾਰਮੋਨੀਅਮ ਬੇਸਿਕ ਥਿਊਰੀਜ਼ ਹੈ ਨਾ ਅਤੇ ਉਹਦਾ ਫਰੈਂਡ ਸਰਕਲ ਹੁੰਦਾ ਜਿਵੇਂ ਸਾਰਾ ਮਿਊਜ਼ੀਕਲ ਹੁੰਦਾ ਅਸੀਂ ਇਕੱਠੇ ਬੈਠਣਾ ਮਹਿਫਿਲ ਲਗਾਉਣੀ ਹੈ ਨਾ ਕਿਸੇ ਫਰੈਂਡ ਤੋਂ ਕੁਛ ਸਿੱਖਣ ਨੂੰ ਮਿਲਿਆ ਮਤਲਬ ਕਿਤੇ ਨਾ ਕਿਤੇ ਮੈਨੂੰ ਸਿੱਖਣ ਨੂੰ ਮਿਲਿਆ ਅਤੇ ਮੈਂ ਸ਼ਹਿਰ ਬੜੇ ਐਕਸਪਲੋਰ ਕੀਤੇ ਭਾਜੀ ਦਿੱਲੀ ਬੰਬੇ ਗੁੜਗਾਉਂ ਪਟਿਆਲਾ ਅਤੇ ਮਤਲਬ ਜਿੱਥੇ ਜਿੱਥੇ ਮੈਨੂੰ ਮਿਊਜ਼ਿਕ ਸਿੱਖਣ ਦਾ ਮੌਕਾ ਮਿਲਿਆ ਓਬਜ਼ਰਵ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਕਦੇ ਛੱਡਿਆ ਨਹੀਂ ਇਹਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਨੂੰ ਬਹੁਤ ਸਪੋਰਟ ਰਹੀ ਹੈ ਭਾਜੀ ਬਿਲਕੁਲ ਯੂਜਲੀ ਬੱਚਿਆਂ ਨੂੰ ਉਹ ਸਪੋਰਟ ਨਹੀਂ ਮਿਲਦੀ ਬਿਲਕੁਲ ਜੋ ਮੇਰੇ ਪੇਰੈਂਟਸ ਨੇ ਮੈਨੂੰ ਸਪੋਰਟ ਦਈ ਹੈ ਮਿਊਜ਼ਿਕ ਕਰਨ ਵਾਸਤੇ ਅਤੇ ਮੈਂ ਉਹਨਾਂ ਦਾ ਤਹਿ ਦਿਲੋਂ ਬਹੁਤ ਸ਼ੁਕਰ ਗੁਜ਼ਾਰ ਹਾਂ ਅਤੇ ਮੇਰੇ ਉਹਨਾਂ ਕਰਕੇ ਹੀ ਮੈਂ ਸਭ ਕੁਛ ਕਰ ਰਿਹਾ ਕੀ ਬਾਤ ਹੈ ਵੀਰੇ ਸੋ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ ਤੁਹਾਡੇ ਦਿਲੋਂ ਦੁਆਵਾਂ ਕਰਦੇ ਹਾਂ ਕਿ ਤੁਹਾਡੇ ਪ੍ਰੋਜੈਕਟ ਇੱਦਾਂ ਸੁਪਰ ਡੂਪਰ ਹਿੱਟ ਹੁੰਦੇ ਰਹੇ ਥੈਂਕ ਯੂ ਵੀਰੇ ਓਕੇ ਜੀ ਥੈਂਕ ਯੂ